ਲਓ ਜੀ ਬੈਗ ਸ਼ੈਗ ਪਾ ਲਿਆ ਨਾਸ਼ਤਾ ਨਹੀਂ ਕੀਤਾ ਤੁਹਾਨੂੰ ਸੇਬ ਖਾ ਰਹੇ ਹਾਂਜੀ ਕੀ ਹਾਲ ਹੈ ਠੀਕ ਹੋ ਸਭ ਵਧੀਆ ਲਓ ਜੀ ਬੈਗ ਸ਼ੈਗ ਪਾ ਲਿਆ ਇਹਦਾ ਮਤਲਬ ਹੈ ਕਿ ਯਾਰ ਹੋ ਰਹੀ ਅੱਜ ਪਹਿਲੇ ਦਿਨ ਜਾ ਰਹੇ ਨੇ ਯੂਨੀਵਰਸਿਟੀ ਅਤੇ ਆਪਾਂ ਖਲੋਤੇ ਹਾਂ ਬੱਸ ਸਟੈਂਡ 'ਤੇ ਹਲੇ ਘੰਟਾ ਪਏ ਆ ਮੋਲ ਚੈੱਕ ਕਰੋ ਕੋਈ ਦੁਨੀਆ ਨਹੀਂ ਅਤੇ ਆਪਾਂ ਇਕੱਲੇ ਹਾਂ ਅਤੇ ਟਾਈਮ ਹੋ ਗਿਆ ਤਕਰੀਬਨ 11 ਵੱਜ ਗਏ ਨੇ ਰਾਤ ਦੇ ਅਤੇ ਮੇਰੀ ਇਹ 12:15 ਵਜੇ ਦੀ 11:45 ਵਾਲੀ ਮੇਰੀ ਬੱਸ ਇੱਥੋਂ ਅਤੇ 7 ਘੰਟੇ ਸੁਬਹਾ ਆਪਾਂ ਪਹੁੰਚਣਾ ਅਤੇ ਇਸ ਵਲੋਗ ਦੇ 2 ਪਾਰਟ ਹੋਣਗੇ ਜਿਹੜਾ ਮੇਰਾ ਬ੍ਰੈਡਫੋਰਡ ਤੋਂ ਜਾਣਾ ਮੈਂ ਸਕੋਟਲੈਂਡ ਜਾਣਾ ਗਲਾਸਗੋ ਉਹਦਾ ਇੱਕ ਪਾਰਟ ਫਿਰ ਅੱਗੇ ਯੂਨੀਵਰਸਿਟੀ ਮੈਂ ਜਾਣਾ ਫਿਰ ਉਹਦਾ ਇੱਕ ਪਾਰਟ ਅਤੇ ਮੇਰੇ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੈਨੂੰ ਮੋਟੀਵੇਟ ਮਿਲੇ ਅਤੇ ਮੈਂ ਹੋਰ ਵੀਡੀਓ ਬਣਾਵਾਂ ਮਿਲਦੇ ਹਾਂ ਫਿਰ ਬੱਸ 'ਚ ਬਹਿ ਕੇ ਓਕੇ ਯਾਰ ਹੋਈ ਬਹਿ ਗਏ ਨੇ ਬੱਸ ਦੇ ਵਿੱਚ ਅਤੇ ਬੱਸ ਹੈ ਫੁੱਲ ਖਾਲੀ ਚੈੱਕ ਕਰੋ ਕੋਈ ਬੰਦਾ ਬੈਠਣ ਨਹੀਂ ਆਪਾਂ ਚੱਲੇ ਹਾਂ ਮੈਨਚੈਸਟਰ ਹਾਂਜੀ ਬੱਸ ਜਾ ਰਹੀ ਹੈ ਆਪਣੀ ਮੰਜ਼ਿਲਾਂ ਦੀ ਤਰਫ ਹਾਂਜੀ ਮੈਨਚੈਸਟਰ ਪਹੁੰਚ ਗਏ ਹਾਂ ਅਤੇ ਮੈਨਚੈਸਟਰ ਦਾ ਨਜ਼ਾਰੇ ਚੈੱਕ ਕਰੋ ਪੂਰਾ ਏਅਰਪੋਰਟ ਵਾਲਾ ਮਾਹੌਲ ਹੈ ਬੱਸ ਇਸ ਬੱਸ 'ਚ ਆਇਆ ਅਤੇ ਇੱਥੇ ਮੇਰੀ ਬੱਸ ਲੱਗਣੀ ਜਿਹਦੇ ਤੋਂ ਮੈਂ ਅੱਗੇ ਜਾਣਾ ਹੈ ਗਲਾਸਗੋ ਬਾਕੀ ਫਿਰ ਜੋ ਰਸਤੇ 'ਚ ਹੋਏਗਾ ਬਹਾਂਦੇ ਜਾਵਾਂਗੇ ਚੈੱਕ ਕਰੋ ਚਾਰਜਿੰਗ ਲੱਗੇ ਨੇ ਕਾਫੀ ਲੈ ਸਕਦੇ ਹੋ ਆਈਸਕ੍ਰੀਮ ਲੈ ਸਕਦੇ ਹੋ ਛੋਟਾ ਮੋਟਾ ਨਾ ਬੱਸ ਸਟੈਂਡ ਬਣਾਇਆ ਪੂਰਾ ਏਅਰਪੋਰਟ ਮਾਹੌਲ ਹੈ ਅਸੀਂ ਬੈਠੇ ਹਾਂ ਇੱਥੇ ਮਜ਼ੇ ਦੀ ਗੱਲ ਦੱਸਾਂ ਮੇਰੇ ਬੈਗ 'ਚ ਕੀ ਕੀ ਹੈ ਚੈੱਕ ਕਰੋ ਪਾਣੀ ਚੈੱਕ ਫਰੂਟ ਕੋਕ ਪਾਣੀ ਅਤੇ ਮੇਰੇ ਕੁਛ ਡਾਕੂਮੈਂਟਸ ਨੇ ਬਸ ਇੱਥੇ ਕਿਤਾਬਾਂ ਕਤੂਬਾਂ ਦਾ ਚੱਕਰ ਕੋਈ ਨਹੀਂ ਹੈ ਲੈਪਟੋਪ ਲੈ ਕੇ ਆਉਣਾ ਸੀ ਲੇਕਿਨ ਮੈਂ ਨਹੀਂ ਲੈ ਕੇ ਆਇਆ ਲੈਪਟੋਪ ਨੈਕਸਟ ਟਾਈਮ ਲੈ ਕੇ ਆਵਾਂਗੇ ਹਾਂਜੀ ਆਫਟਰ ਫੁੱਲ ਦਲਾਲਤ ਨੀਂਦ ਫੁੱਲ ਆਈ ਹੋਈ ਹੈ ਅਤੇ ਮੈਂ ਪਹੁੰਚਿਆ ਵਾਂ ਗਲਾਸਗੋ ਚੈੱਕ ਕਰੋ ਗਲਾਸਗੋ ਦੇ ਮਾਹੌਲ ਇੱਥੇ 6:30 ਹੋਏ ਨੇ ਸੁਬਹਾ ਦੇ ਅਤੇ ਮੇਰੀ ਕਲਾਸ ਹੈ 2 ਵਜੇ ਜਿਉਂ ਐਂ ਜੀ ਬਸ ਘੁੰਮਣਾ ਫਿਰਨਾ ਨਾਲੇ ਪਹਿਲਾਂ ਮੈਂ ਆਪਣਾ ਲੈਣਾ BRP ਕਾਰਡ ਫਿਰ ਉਹ ਲੈਂਦੇ ਹਾਂ ਅਤੇ ਫਿਰ ਬਾਕੀ ਮਾਮਲਾਤ ਬਾਅਦ 'ਚੋਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਠੰਡ ਬਹੁਤ ਜ਼ਿਆਦਾ ਹੈ ਡਬਲ ਜੈਕਟ ਪਾਈ ਹੋਈ ਹੈ ਠੰਡ ਬਹੁਤ ਜ਼ਿਆਦਾ ਹੈ ਮਾਹੌਲ ਚੈੱਕ ਕਰੋ ਤੁਸੀਂ ਬਸ ਆਪਾਂ ਨੂੰ ਕੋਈ ਪਤਾ ਨਹੀਂ ਜਾਣਾ ਕਿੱਧਰ ਹਵਾ ਬਹੁਤ ਤੇਜ਼ ਚੱਲਦੀ ਪਈ ਹਾਂਜੀ ਤੁਹਾਡਾ ਭਰਾ ਕੱਲ੍ਹ ਹੀ ਸੜਕਾਂ 'ਤੇ ਜ਼ਲੀਲ ਹੋ ਰਿਹਾ ਸਾਰੀ ਦੁਨੀਆ ਸੁੱਤੀ ਅਤੇ ਆਪਾਂ ਹੋ ਰਹੇ ਹਾਂ ਜ਼ਲੀਲ ਹੈ ਚੈੱਕ ਕਰੋ ਕੋਈ ਦੁਨੀਆ ਬੰਦਾ ਬਸ਼ਾ ਨਹੀਂ ਇੱਕਾ ਦੁੱਕਾ ਬੰਦਾ ਹੈ ਬਸ ਉਹ ਵੀ ਜਿਹੜੇ ਰੈਸਟੋਰੈਂਟ ਕਲੋਜ਼ ਕਰ ਰਹੇ ਹਾਂ ਜਿਹੜੇ ਮੇਰੇ ਹਰ ਵਿਚਾਰੇ ਲਫੰਡਰ ਨੇ ਉਹ ਜਾ ਰਹੇ ਨੇ ਬਸ ਕੰਮ 'ਤੇ ਹੋਰ ਕੋਈ ਚੱਕਰ ਨਹੀਂ ਹੈ ਜੀ ਗਲਾਸਗੋ ਯੂਨੀਵਰਸਿਟੀ ਆਫ ਗਲਾਸਗੋ ਉਹ ਕੈਂਪਸ ਐਂਡ ਤੱਕ ਵੇਖੋ ਮੈਥਮੈਟਿਕਸ ਇੰਸਟੀਟਿਊਟ ਉਹ ਐਂਡ ਤੱਕ ਰੌਣਕ ਮੇਲਾ ਹਾਂਜੀ ਮੰਜ਼ਿਲ 'ਤੇ ਪਹੁੰਚ ਗਏ ਹਾਂ ਉਹ ਸਾਹਮਣੇ ਪੋਸਟ ਆਫਿਸ ਨਾਸ਼ਤਾ ਨਹੀਂ ਕੀਤਾ ਤੁਹਾਨੂੰ ਸੇਬ ਖਾ ਰਹੇ ਹਾਂ ਬਾਕੀ ਨਾਲੋ ਨਾਲ ਹੀ ਸਾਰਾ ਕੁਛ ਹਾਂਜੀ ਯੂਨੀਵਰਸਿਟੀ ਦੀ ਕਲਾਸ ਲੈ ਲਈਏ ਉੱਥੇ ਬੈਟਰੀ ਲੋਅ ਹੋ ਗਈ ਸੀ ਅਤੇ ਮੈਂ ਨਹੀਂ ਵੀਡੀਓ ਬਣਾ ਸਕਿਆ ਬਾਕੀ ਫਿਰ ਕਿਸੇ ਦਿਨ ਜਾਵਾਂਗੇ ਤਾਂ ਵੀਡੀਓ ਬਣਾਵਾਂਗੇ ਮੈਂ ਇਸ ਟਾਈਮ ਗਲਾਸਗੋ ਟ੍ਰੇਨ ਸਟੇਸ਼ਨ 'ਤੇ ਮੈਂ ਖੜ੍ਹਾ ਵਾਂ ਅਤੇ ਹੁਣ ਮੈਂ ਵਾਪਸੀ ਦੀ ਟਿਕਟ ਕਰਾਈਏ ਮੈਂ ਵਾਪਸੀ ਚੱਲੇ ਹਾਂ ਬਹੁਤ ਵੱਡਾ ਟ੍ਰੇਨ ਸਟੇਸ਼ਨ ਹੈ ਗਲਾਸਗੋ ਸਾਰਾ ਸਾਹਮਣੇ ਉਹ ਟਾਈਮ ਟੇਬਲ ਚੱਲ ਰਿਹਾ ਅਤੇ ਬਾਕੀ ਫਿਰ ਟ੍ਰੇਨ 'ਚ ਬਹਿੰਦੇ ਹਾਂ ਉੱਥੇ ਥੋੜ੍ਹਾ ਥੋੜ੍ਹਾ ਬਲੋਗ ਬਣਾਉਂਦੇ ਹਾਂ ਬਾਕੀ ਘਰ ਪਹੁੰਚ ਕੇ ਫਿਰ ਵਾਇੰਡ ਅਪ ਕਰ ਲਿਆ ਕਬੂਤਰ ਚੈੱਕ ਕਰੋ ਇਹ ਸਾਹਮਣੇ ਸਾਰਾ ਉਹ ਟਾਈਮ ਟੇਬਲ ਚੱਲਦਾ ਪਿਆ ਸਾਹਮਣੇ ਬਹੁਤ ਵੱਡਾ ਬਹੁਤ ਅੱਛੀ ਟੈਕਨੋਲੋਜੀ ਯੂਜ਼ ਹੋਈ ਹੈ
ਟ੍ਰੇਨਾਂ ਦੇ ਉੱਤੇ ਇਲੈਕਟ੍ਰਿਕ ਟ੍ਰੇਨਾਂ ਨੇ ਕੋਈ ਰੌਲਾ ਰੱਪਾ ਨਹੀਂ ਫਿਰ ਸਾਰਾ ਟ੍ਰੇਨ ਸਟੇਸ਼ਨ ਹੈ ਐਗਜ਼ਿਟ ਹੈ ਅਤੇ ਇੰਟਰੈਂਸ ਵੀ ਹੈ ਸਾਰਾ ਟਾਈਮ ਟੇਬਲ ਚੱਲ ਰਿਹਾ ਗਲਾਸਗੋ ਹਾਂਜੀ ਪ੍ਰੈਸਟਨ ਪਹੁੰਚ ਗਏ ਹਾਂ ਇਹ ਟ੍ਰੇਨ ਹੈ ਸਾਡੀ ਪ੍ਰੈਸਟਨ ਦੀ ਹਾਂਜੀ ਪ੍ਰੈਸਟਨ ਪਹੁੰਚ ਗਏ ਹਾਂ ਅਤੇ ਸਾਡਾ ਵੇ ਪਲੇਟਫਾਰਮ ਨੰਬਰ 2 ਇੱਥੇ ਹੁਣ 45 ਮਿੰਟ ਦਾ ਸਟੇ ਵੇ ਇਹ ਚੈੱਕ ਕਰੋ ਸਟੇਸ਼ਨ ਦੇ ਨਜ਼ਾਰੇ ਲਓ ਤੁਸੀਂ ਇੱਥੇ ਸਾਡਾ 45 ਮਿੰਟ ਦਾ ਸਟੇ ਯੈਸ਼ੀ ਮਾਰੋ ਨਹੀਂ ਦੇਰ ਤੱਕ ਮਿਲਨੇ ਹਾਂ ਫਿਰ ਲਓ ਜੀ ਇਹ ਟ੍ਰੇਨ ਆ ਰਹੀ ਹੈ ਚੈੱਕ ਕਰੋ ਹਾਂਜੀ ਲੀਡ ਵਾਲੀ ਟ੍ਰੇਨ 'ਚ ਬਹਿ ਗਏ ਹਾਂ ਅਤੇ ਟ੍ਰੇਨ ਹੈ ਫੁੱਲ ਖਾਲੀ ਇਹ ਪਾਕਿਸਤਾਨ ਨਹੀਂ ਕਿ ਭਰ ਕੇ ਜਾਣੀ ਹੈ ਹੁਣ ਇਸ ਤੋਂ ਬਾਅਦ ਘਰ ਵਾਲਾ ਸਟਾਪ ਹੈ ਚਲੀਏ ਫਿਰ ਘਰ ਚੱਲ ਕੇ ਸੁਣੀਏ 2 ਦਿਨ ਹੋ ਗਏ ਨਹੀਂ ਸੁੱਤਾ ਜਰਾ ਮਿਲਨੇ ਆ ਫਿਰ ਹਾਂਜੀ ਆਪਣਾ ਸਟੇਸ਼ਨ ਆ ਗਿਆ ਹੁਣ ਵੇਖੋ ਕਿਹੜਾ ਦਰਵਾਜ਼ਾ ਖੋਲ੍ਹਦਾ ਫਿਰ ਉੱਧਰੋਂ ਜਾਣਾ ਟ੍ਰੇਨ ਚੈੱਕ ਕਰੋ ਕਿਵੇਂ ਹਿਲਦੀ ਹੈ ਟ੍ਰੇਨ ਬ੍ਰੈਡਫੋਰਡ ਵਾਲੀ ਕਿਹਾ ਹੋਇਆ ਬ੍ਰੈਡਫੋਰਡ ਇੰਟਰਚੇਂਜ ਸਟੇਸ਼ਨ ਆਪਣਾ ਸਟੇਸ਼ਨ ਆ ਗਿਆ ਹੁਣ ਇਹਨੇ ਪੀ ਪੀ ਕਰਨਾ ਅਤੇ ਹਾਂ ਦਰਵਾਜ਼ਾ ਖੋਲ੍ਹਣਾ ਇਹਨੂੰ ਪ੍ਰੈਸ ਕਰਨਾ ਦਰਵਾਜ਼ਾ ਖੁੱਲ੍ਹ ਗਿਆ ਹੁਣ ਆਪਾਂ ਜਾਣਾ ਕਿੱਧਰ ਨੂੰ ਇਹ ਨਹੀਂ ਸਾਨੂੰ ਪਤਾ ਉਹ ਉੱਧਰ ਜਾਣਾ ਵਾ ਉੱਥੇ ਟਿਕਟ ਸਕੈਨ ਹੋਣੀ ਹੈ ਅਤੇ ਫਿਰ ਸਾਨੂੰ ਨਾ ਬਾਹਰ ਨਿਕਲਣਾ ਅਤੇ ਇਸ ਮੋਬਾਈਲ 'ਚ ਟਿਕਟ ਸਕੈਨ ਹੋਣੀ ਹੈ ਅਤੇ ਫਿਰ ਅੱਜ ਦਾ ਵਲੋਗ ਇੱਥੇ ਹੀ ਕਰਨੇ ਆ ਖਤਮ ਅੱਲਾ ਦੇ ਭਾਂਡੇ ਜਿਹੜਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਗੁੱਡ ਨਾਈਟ